बेताशा वड्डा हो जाए ਇਹਦਾ ਇਸ ਟਾਈਮ ਵਜ਼ਨ ਕਿੰਨਾ ਹੈ ਇਹ ਭਾਜੀ 4-5 ਕਿਲੋ ਹੈਗਾ 4-5 ਕਿਲੋ 5 ਸਾਲ ਦੇ ਵਿੱਚ ਮਤਲਬ ਕਿ ਸਾਲ ਦਾ ਕਿਲੋ ਤਕਰੀਬਨ ਵਧ ਜਾਂਦਾ ਜੀ ਭਾਜੀ ਮਾਸ਼ਾਅੱਲਾ ਗੋਸ਼ਤ ਖਾਂਦਾ ਬੱਕਰੇ ਦੀ ਓਜਰੀ ਨਹੀਂ ਹੁੰਦੀ ਹਾਂਜੀ ਉਹ ਇਹਨੂੰ ਪਾਈ ਦੀ ਉਸ ਤੋਂ ਇਲਾਵਾ ਦੁੱਧ ਪਾਈ ਦਾ ਪਾਣੀ ਪਾਈ ਦਾ ਡੇਲੀ ਖੁਰਾਕ ਪਾਣੀ ਪਾਈ ਹਾਂ ਨਹੀਂ ਨਹੀਂ ਦੂਸਰੇ ਤੀਸਰੇ ਦਿਨ ਦੂਸਰੇ ਤੀਸਰੇ ਦਿਨ ਪਾਣੀ ਰੋਜ਼ ਪਾਈ ਦਾ ਦੁੱਧ ਰੋਜ਼ ਪਾਈ ਪਾਣੀ ਤੇ ਦੁੱਧ ਡੇਲੀ ਹਾਂਜੀ ਅਗਰ ਸਰਦੀ ਹੋਵੇ ਗਾਈ ਦਾ ਜਾਂ ਮੱਝ ਦਾ ਜਿਹੜਾ ਮਰਜ਼ੀ ਪਾ ਜਿਹੜਾ ਬੱਕਰੀ ਦਾ ਵੀ ਪੀ ਲੈਂਦੇ ਨਹੀਂ ਬੱਕਰੀ ਦਾ ਨਹੀਂ ਮੱਝ ਦਾ ਜਾਂ ਗਾਂ ਦਾ ਮੱਝ ਦਾ ਜਾਂ ਗਾਂ ਦਾ ਇਹ ਤਕਰੀਬਨ ਕਿੰਨਾ ਕੁ ਪਾ ਅੱਧ ਪਾ ਜਾਂ ਕਿਲੋ ਕਿੰਨਾ ਦੁੱਧ ਪੀ ਸਕਦਾ ਇਹ ਭਾਈ ਪਾਈ ਅੱਧ ਪਾ ਬਸ ਪੀਂਦਾ ਜ਼ਿਆਦਾ ਨਹੀਂ ਪੀਂਦਾ ਗੋਸ਼ਤ ਤੇ ਜ਼ਿਆਦਾ ਖਾਂਦਾ ਗੋਸ਼ਤ ਨੂੰ ਜਿੰਨਾ ਮਰਜ਼ੀ ਪਾ ਦੇ ਕਿਲੋ ਕੁ ਖਾ ਜਾਂਦਾ ਜ਼ਿਆਦਾ ਕਿਲੋ ਤੋਂ ਕਿਲੋ ਤੋਂ ਜ਼ਿਆਦਾ ਖਾ ਜਾਂਦਾ ਭਾਈ ਪਾਣੀ ਭਾਈ ਇਹਨੂੰ ਅੱਡੇ ਤੋਂ ਜਾਣਾ ਬਾਹਰ ਵੇਖ ਲੈਣਾ ਖਾਲਾ ਚੱਲਦਾ ਉੱਥੇ ਉਹਨੂੰ ਛੱਡਣਾ ਪਾਣੀ ਵਿੱਚ ਐਡਾ ਵਿਸ਼ਾ ਵੀ ਤੇ ਨਹੀਂ ਮਾਰਦਾ ਨਹੀਂ ਭਾਈ ਇਹਦੀ ਸਫਾਈ ਕਿੰਨੀ ਦੇਰ ਬਾਅਦ ਕਰਦੇ ਹੋ ਜਿੰਨਾ 8 ਦਿਨ ਭਾਈ 8 ਦਿਨ ਬਾਅਦ ਇਹ ਜੀ ਜ਼ਹਿਰ ਫੇਰ ਬਣ ਜਾਂਦਾ ਜੀ ਭਾਈ ਇਹਦੀ ਲੰਬਾਈ ਕਿੰਨੀ ਹੈ ਇਹ 7 ਫੁੱਟ ਹੈ 7 ਫੁੱਟ ਹੈ ਇਹਦੀ ਲੰਬਾਈ ਅੱਧ ਨੂੰ ਕਰੇ ਹੋ ਜਰਾ ਅੱਗੇ 7 ਫੁੱਟ ਪਰ ਇਹਨੇ ਆਪਣੇ ਆਪ ਨੂੰ गर्मी सर्दी का कोई नहीं भाई। चल।